ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਤੇ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ। ਤਾਂ ਦੋਸਤੋ, ਜਿਹੜਾ ਅਸੀਂ Pspcl ਦੀ ਆਪਣੇ ਕੋਲ ਇਗਜ਼ਾਮ ਡੇਟ ਆ ਚੁੱਕੀ ਹੈ, ਨਵੰਬਰ ਦੇ ਵਿੱਚ ਇਗਜ਼ਾਮ ਹੋਣੇ ਨੇ। ਡੇਟ ਪੂਰੀ ਤਰ੍ਹਾਂ ਅਜੇ ਕਨਫਰਮ ਨਹੀਂ ਹੈ, ਪਰ 9 ਤੋਂ 17 ਕਹਿ ਰਹੇ ਨੇ। ਜੀ ਹਾਂ ਦੋਸਤੋ, ਆਓ ਤੁਹਾਨੂੰ ਨੋਟਿਸ ਵੀ ਦਿਖਾ ਦਿੰਦੇ ਹਾਂ ਪਹਿਲਾਂ, ਅਤੇ ਫਿਰ ਤੁਹਾਡੀ ਗੱਲ ਕਰਾਂਗੇ ਆਪਾਂ ਸਿਲੇਬਸ ਦੇ ਬਾਰੇ। ਆ ਦੇਖੋ ਦੋਸਤੋ, ਇਹਨਾਂ ਨੇ ਕਿਹਾ 10 ਦਸੰਬਰ ਤੋਂ 17 ਨਵੰਬਰ, ਮਤਲਬ ਕਿ ਇਹਦੇ ਵਿੱਚ ਹੋ ਜਾਣਗੇ। ਪਰ ਦੋਸਤੋ, ਅਜੇ ਕੁਝ ਬੱਚਿਆਂ ਨੇ ਪੋਸਟਾਂ ਭਰੀਆਂ ਸੀ, ਉਹਨਾਂ ਨੂੰ ਅਜੇ ਤੱਕ ਸਿਲੇਬਸ ਹੀ ਨਹੀਂ ਪਤਾ। ਵਾਰ ਵਾਰ ਮੈਸੇਜ ਕਰਕੇ ਪੁੱਛ ਰਹੇ ਸੀ ਕਿ ਸਰ ਸਿਲੇਬਸ ਕੀ ਹੈ। ਦੋਸਤੋ, ਪਹਿਲੀ ਗੱਲ ਇਹ ਕਿ ਤੁਸੀਂ ਨੋਟਿਸ ਧਿਆਨ ਨਾਲ ਨਹੀਂ ਦੇਖਦੇ। ਜੇਕਰ ਤੁਸੀਂ ਨੋਟਿਸ ਧਿਆਨ ਨਾਲ ਦੇਖੇ ਹੁੰਦੇ ਤਾਂ ਮੈਨੂੰ ਇਹ ਮੈਸੇਜ ਕਰਨ ਦੀ ਲੋੜ ਨਹੀਂ ਪੈਣੀ ਸੀ ਤੁਹਾਨੂੰ। ਤਾਂ ਚਲੋ ਦੋਸਤੋ, ਫਿਰ ਵੀ ਕੋਈ ਗੱਲ ਨਹੀਂ, ਆਪਾਂ ਤੁਹਾਡੀ ਸੇਵਾ ਦੇ ਲਈ ਹੀ ਹਾਜ਼ਰ ਹਾਂ। ਤਾਂ ਚਲੋ ਆਪਾਂ ਵੀਡੀਓ ਨੂੰ ਕਰਦੇ ਹਾਂ ਸ਼ੁਰੂ, ਅਤੇ ਤੁਹਾਨੂੰ ਦੱਸਦੇ ਹਾਂ ਸਿਲੇਬਸ। ਤਾਂ ਦੇਖੋ ਦੋਸਤੋ, ਜਿਹੜੇ ਸੀਗੇ ਇੱਥੇ ਪੋਸਟਾਂ ਸੀ, ਉਹ ਅਲੱਗ ਅਲੱਗ ਵਿਸ਼ਿਆਂ 'ਤੇ ਸੀ। ਜਿਵੇਂ ਕਿ ਆਪਣੇ ਪਹਿਲਾ ਹੈਗਾ ਆਪਣੇ ਕੋਲ ਰੈਵਨਿਊ ਅਕਾਊਂਟੈਂਟ। ਰੈਵਨਿਊ ਅਕਾਊਂਟੈਂਟ ਦੇ ਵਿੱਚ ਉਹਨਾਂ ਨੇ ਕੀ ਹੈ, ਟੋਟਲ 100 ਨੰਬਰ ਦਾ ਕੁਐਸਚਨ ਹੋਏਗਾ। ਟੋਟਲ 100 ਨੰਬਰ ਦਾ ਕੁਐਸਚਨ ਹੋਏਗਾ, ਜਿਹਦੇ ਵਿੱਚ ਆਪਣੇ ਕੋਲ, ਹਾਂਜੀ, ਆਪਣੇ ਕੋਲ ਡਿਗਰੀ ਲੈਵਲ ਫਾਈਨਾਂਸ ਐਂਡ ਅਕਾਊਂਟਸ 70 ਕੁਐਸਚਨ ਹੋਣਗੇ। ਜਨਰਲ ਨੌਲੇਜ ਦੇ ਆਪਣੇ ਕੋਲ 10 ਕੁਐਸਚਨ ਹੋਣਗੇ, ਠੀਕ ਹੈ ਦੋਸਤੋ। ਲੋਜੀਕਲ ਰੀਜਨਿੰਗ ਐਂਡ ਕੁਆਂਟੀਟਿਵ ਐਪਟੀਟਿਊਡ, ਇਹਦੇ ਵੀ 10 ਕੁਐਸਚਨ ਹੋਣਗੇ, ਅਤੇ ਜਨਰਲ ਇੰਗਲਿਸ਼ ਦੇ ਵੀ ਆਪਣੇ ਕੋਲ 10 ਕੁਐਸਚਨ ਹੋਣਗੇ। ਮਤਲਬ ਕਿ ਦੋਸਤੋ, ਇਹਦੇ 'ਚ ਪੰਜਾਬੀ ਹਿਸਟਰੀ ਹੁਸਟਰੀ ਕੁਛ ਵੀ ਨਹੀਂ ਆਉਣੀ। ਤੁਸੀਂ ਜਿਹੜੀ ਰੈਵਨਿਊ ਅਕਾਊਂਟੈਂਟ ਡਿਗਰੀ ਲੈਵਲ ਫਾਈਨਾਂਸ ਕੀਤਾ ਹੈ, ਉਹਦੇ ਵਿੱਚੋਂ ਹੀ ਤੁਹਾਡੇ ਕੁਐਸਚਨ ਆਉਣਗੇ, ਠੀਕ ਹੈ ਦੋਸਤੋ। ਤੁਹਾਨੂੰ ਐਕਸਟਰਾ ਕੁਝ ਪੜ੍ਹਨ ਦੀ ਲੋੜ ਨਹੀਂ ਪੈਣੀ। ਅਤੇ ਜਿਹੜੇ ਕਲਰਕ ਨੇ, ਉਹਨਾਂ ਵਾਸਤੇ ਸਟੈਟਿਕ, ਕਰੰਟ ਅਫੇਅਰ, ਜਨਰਲ ਨੌਲੇਜ, ਇਹ ਸਾਰਾ ਕੁਝ ਹੈਗਾ 20 ਨੰਬਰ ਦਾ। ਬੇਸਿਕ ਕੰਪਿਊਟਰ ਨੌਲੇਜ ਹੈ 10 ਨੰਬਰ ਦੀ, ਠੀਕ ਹੈ ਦੋਸਤੋ। ਲੋਜੀਕਲ ਰੀਜਨਿੰਗ ਐਂਡ ਕੁਆਂਟੀਟਿਵ ਐਪਟੀਟਿਊਡ 25 ਨੰਬਰ ਦੇ, ਠੀਕ ਹੈ ਦੋਸਤੋ, ਮਤਲਬ ਕਿ 25 ਕੁਐਸਚਨ। ਨੁਮੈਰੀਕਲ ਐਪਟੀਟਿਊਡ ਦੇ ਵਿੱਚ ਉਹਨਾਂ ਨੇ ਵੀ 25 ਕੁਐਸਚਨ ਰੱਖੇ ਨੇ। ਜਨਰਲ ਇੰਗਲਿਸ਼ ਦੇ ਵਿੱਚ ਵੀ ਉਹਨਾਂ ਨੇ 20 ਰੱਖੇ ਨੇ, ਮਤਲਬ ਕਿ ਪੰਜਾਬੀ ਇਹਦੇ ਵਿੱਚ ਵੀ ਨਹੀਂ। ਹਿਸਟਰੀ ਵਗੈਰਾ ਤੁਹਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਬਸ ਥੋੜ੍ਹੀ ਬਹੁਤ GK ਹੈ। ਕਿਉਂਕਿ ਦੋਸਤੋ, ਇਹਨਾਂ ਨੇ ਵੇਖੋ, GK ਮੈਂ ਥੋੜ੍ਹੀ ਬਹੁਤ ਕਿਉਂ ਕਿਹਾ, ਕਿਉਂਕਿ ਉਹਨਾਂ ਨੇ ਸਟੈਟਿਕ, ਕਰੰਟ ਅਫੇਅਰਸ ਐਂਡ ਜਨਰਲ ਨੌਲੇਜ ਲਿਖਿਆ। ਦੋਸਤੋ, ਕਰੰਟ ਅਫੇਅਰ ਹਮੇਸ਼ਾ ਹੀ Pspcl ਵਾਲੇ ਜ਼ਿਆਦਾ ਰੱਖਦੇ ਆ, ਬਜਾਏ ਕਿ GK ਦੇ। ਆਪਣੇ ਕੋਲ ਜਿਹੜਾ ਲਾਸਟ ਹੈ JEE ਇਲੈਕਟ੍ਰੀਕਲ ALM ਐਂਡ ASSSA, ਠੀਕ ਹੈ ਦੋਸਤੋ। ਇਹਨਾਂ ਵਿੱਚ ਉਹਨਾਂ ਕੀ ਕਿਹਾ ਹੈ, ਕੁਐਸਚਨ ਰਿਲੇਟਡ ਟੂ ਬੀ ਕੰਸਰਨ ਡਿਸਿਪਲਿਨ ਆਫ ਦਾ ਪੋਸਟ ਅਪਲਾਈਡ, ਠੀਕ ਹੈ ਦੋਸਤੋ, ਐਜ਼ ਪਰ ਐਲੀਜੀਬਿਲਟੀ ਕ੍ਰਾਈਟੇਰੀਆ ਮੈਂਟੇਨ ਇਨ ਟੇਬਲ E। ਮਤਲਬ ਕਿ ਕੁਐਸਚਨ ਜਿਹੜੇ ਰਿਲੇਟਡ ਹੋਣਗੇ ਟੇਬਲ E, ਜਿਹੜਾ ਆਪਣੇ ਕੋਲ E ਨੰਬਰ ਦਿੱਤਾ ਹੋਇਆ, ਉਹਦੇ ਵਿੱਚ ਪੋਸਟ ਦੇ ਹਿਸਾਬ ਨਾਲ, ਜਿਵੇਂ JEE ਦੀ ਕੀ ਹੈ, ਇਲੈਕਟ੍ਰੀਕਲ ਦੀ ਕੀ ਹੈ, ALM ਦੀ ਕੀ ਹੈ, ਉਹਦੇ ਹਿਸਾਬ ਨਾਲ ਆਪਣੇ 70 ਕੁਐਸਚਨ ਬਣਨਗੇ। ਮਤਲਬ ਕਿ ਦੋਸਤੋ, ਜਿਹੜਾ ਕੁਝ ਤੁਸੀਂ ਪੜ੍ਹਿਆ ਉਸ ਸਬਜੈਕਟ ਦੇ ਨਾਲ ਹੀ ਰਿਲੇਟਡ ਹੋਣਗੇ। GK ਦੀ ਇਹਨਾਂ ਕੋਲ 10 ਨੰਬਰ ਦੀ ਲਿਖੀ ਹੈ, ਇਹਨਾਂ ਨੇ ਰੀਜਨਿੰਗ ਵੀ 10 ਨੰਬਰ, ਜਨਰਲ ਇੰਗਲਿਸ਼ ਵੀ 10 ਨੰਬਰ। ਪੰਜਾਬੀ ਫੇਰ ਨਹੀਂ ਆਈ, ਕੋਈ ਚੱਕਰ ਨਹੀਂ, ਤੁਸੀਂ ਐਸ਼ ਕਰੋ। ਅਤੇ ਔਨਲਾਈਨ ਇਗਜ਼ਾਮ ਹੋਣਗੇ, ਜਿਹੜੇ ਪੋਸਟ ਆਫ ਕਲਰਕ ALM ASM ਵਿਲ ਬੀ, ਠੀਕ ਹੈ ਦੋਸਤੋ, ਇਹ ਹੋਣਗੇ ਔਨਲਾਈਨ, ਇੰਗਲਿਸ਼ ਅਤੇ ਪੰਜਾਬੀ 'ਚ ਦੋਵਾਂ 'ਚ ਹੋਣਗੇ। ਦਸ ਡੂਰਿੰਗ ਔਨਲਾਈਨ ਐਗਜ਼ਾਮੀਨੇਸ਼ਨ ਕੈਂਡੀਡੇਟ ਵਿਲ ਹੈਵ ਦਾ ਆਪਸ਼ਨ ਟੂ ਚੂਜ਼ ਲੈਂਗੁਏਜ, ਮਤਲਬ ਕਿ ਆਪਾਂ ਲੈਂਗੁਏਜ ਬਦਲ ਵੀ ਸਕਦੇ ਹਾਂ। ਔਨਲਾਈਨ ਐਗਜ਼ਾਮੀਨੇਸ਼ਨ ਤੋਂ ਬਾਅਦ ਦੋਸਤੋ, ਫੇਸ 1 ਤੋਂ ਬਾਅਦ ਫੇਸ 2 ਕੀ ਹੋਏਗਾ ਦੋਸਤੋ, ਇਹਨਾਂ ਦੇ 2 ਪੇਪਰ ਹੋਣੇ ਨੇ। ਆ ਦੇਖੋ, ਫੇਸ 1 ਅਤੇ ਫੇਸ 2 ਮੇਨਸ ਐਗਜ਼ਾਮੀਨੇਸ਼ਨ, ਠੀਕ ਹੈ ਦੋਸਤੋ। ਦਾ ਨੰਬਰ ਆਫ ਕੈਂਡੀਡੇਟ ਵੀ ਸ਼ਾਰਟ ਲਿਸਟ ਫੋਰ ਮੇਨ ਐਗਜ਼ਾਮੀਨੇਸ਼ਨ, ਠੀਕ ਹੈ, ਵਿਲ ਬੀ 4 ਟਾਈਮ ਐਕਸਪ੍ਰੋਕਸੀਮੇਟ ਦਾ ਨੰਬਰ ਆਫ ਵੈਕੈਂਸੀਜ ਇਨ ਈਚ ਕੈਟੇਗਰੀ ਦਾ ਆਰਡਰ ਆਫ ਮੈਰਿਟ ਓਨਲੀ, ਠੀਕ ਹੈ ਦੋਸਤੋ। ਦਾ ਕੈਂਡੀਡੇਟ ਹਾਇਰ ਮੈਰਿਟ ਇਨ ਦੇ ਰਿਸਪੈਕਟਿਵ ਕੈਟੇਗਰੀ ਅਪ ਟੂ 4 ਟਾਈਮ ਵੈਕੈਂਸੀ, 2-4 ਗੁਣਾ ਜ਼ਿਆਦਾ ਤਾਂ ਉਹਨਾਂ ਨੇ ਚੱਕਣੇ ਨੇ ਜਿਹੜੇ ਵੈਕੈਂਸੀ ਦੇ ਹੋਣਗੇ, ਠੀਕ ਹੈ ਦੋਸਤੋ, ਸੈਕਿੰਡ ਇਗਜ਼ਾਮ ਦੇ ਲਈ ਜਿਹੜਾ ਮੇਨਸ ਹੋਏਗਾ, ਠੀਕ ਹੈ ਦੋਸਤੋ। ਮਿਨੀਮਮ ਕੁਆਲੀਫਾਈ ਮਾਰਕਸ ਹੋਣਗੇ, ਜਨਰਲ ਦੇ ਲਈ ਉਹਨਾਂ ਨੇ 45 ਰੱਖਿਆ ਅਤੇ ਰਿਜ਼ਰਵ ਦੇ ਲਈ 35, ਠੀਕ ਹੈ ਦੋਸਤੋ। ਅਬਾਊਟ ਨੋਰਮਲਾਈਜੇਸ਼ਨ, ਨੋਰਮਲਾਈਜੇਸ਼ਨ ਮੀਨ ਐਡਜਸਟਿੰਗ ਵੈਲਿਊ ਮੈਜਰ ਸਕੇਲ ਨੀਡ ਫੋਰ ਨੋਰਮਲਾਈਜੇਸ਼ਨ ਇਨ ਇਗਜ਼ਾਮ, ਮਤਲਬ ਕਿ ਹਜੇ ਨਹੀਂ, ਜੇਕਰ ਹੋਈ ਜ਼ਰੂਰਤ ਤਾਂ ਜ਼ਰੂਰ ਕਰਨਗੇ ਇਹ ਨੋਰਮਲਾਈਜੇਸ਼ਨ। ਫਾਈਨਲ ਮੈਰਿਟ ਵੀ ਬਣਨੀ ਹੈ ਦੋਸਤੋ। ਤਾਂ ਦੋਸਤੋ, ਇੱਥੇ ਤੁਹਾਡੇ ਲਈ ਆ ਵੇਖੋ ਇੱਕ ਨੋਟ ਹੋਰ ਲਿਖਿਆ ਹੋਇਆ ਹੈ, ਠੀਕ ਹੈ ਦੋਸਤੋ। ਇਹ ਨੋਟ ਵਿੱਚ ਕੀ ਲਿਖਿਆ, ਇਟ ਸ਼ੈਲ ਬੀ ਕੰਪਲਸਰੀ ਟੂ ਪਾਸ ਅ ਟਾਈਪਿੰਗ ਟੈਸਟ ਇਨ ਇੰਗਲਿਸ਼ ਐਂਡ ਪੰਜਾਬੀ ਫੋਰ ਦਾ ਪੋਸਟ ਆਫ ਕਲਰਕ ਐਟ ਅ ਮਿਨੀਮਮ ਸਪੀਡ ਆਫ 30 ਵਰਡ ਪਰ ਮਿੰਟ ਵਿਦ ਇਨ ਅ ਪ੍ਰੈਪਸ਼ਨ ਪੀਰੀਅਡ
फॉर डिटेल्स टर्म एंड कंडीशन प्लीज़ रेफर डे, मतलब कि अपने को वैबसाइट पर इनफॉर्मेशन आ जाएगी। ठीक है दोस्तों, जिहड़ा फोर द पोस्ट ऑफ क्लर्क रिलैक्सेशन इज टाइपिंग टेस्ट परसन विद डिसेबिलिटी 30 वर्ड पर मिनट, मतलब कि दोस्तों जिहड़ा क्लर्क की पोस्ट है उनके वास्ते टाइपिंग जरूरी है। 30 अपने को जिहड़े वर्ड होणगे आपां देणगे, कुछ लिखा होया वह आपां टाइप करने होणगे, एक मिनट के 30 घट तो घट स्पीड होनी चाहिए है। तो दोस्तों आपां सिलेबस सारा चैक कर लिया सी, हाँ जी सिलेबस आपां सारा चैक कर लिया सी, नॉर्मलाइजेशन भी होगी, शॉर्ट लिस्ट भी होंगे, सैकेंड एग्जाम भी होगा। बेस्ट ऑफ लक सारियां नूं जिन्हां ने पोस्टां भरियां ने। तो जेकर दोस्तों होर भी कोई तुहानूं समय ना लग रही होवे तां मैनूं तुसीं इंस्टाग्राम ते मैसेज भी कर सकते हो। जेकर किसी सब्जैक्ट के नोट्स लैने ने या कोई आपां टीचर लब के तुहानूं प्रोवाइड जरूर करवावांगे, आपां टीचर फाइंड कर रहे हैं जो कि तुहानूं फ्री स्टडी करवा सके। तो जल्दी तो जल्दी चैनल नूं सबसक्राइब कर लो दोस्तों, धन्यवाद वीडियो नूं पूरा देखण दे लई। जिवें ही कोई आपां नूं टीचर मिल गया वधिया जां तुहाडी टीचिंग दे लई जो कि तुहानूं फ्री पढ़ा सके, आपां जरूर लैके आवांगे अपने चैनल ते। वीडियो अपलोड होणगियां फिर तां करके चैनल नूं सबसक्राइब जरूर कर लिया करो। धन्यवाद दोस्तों, इन्फॉर्मेशन किवें दी लगी, जेकर हजे भी तुहानूं कोई डाउट होवे तां डायरैक्ट मैसेज कर लो मैनूं इंस्टाग्राम ते, तुहाडी सेवा दे विच हाजिर हो जावांगे।